ਵੀਰਸ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਜੀ ਡਾਊਟ ਸਾਡੇ ਕੋਲ ਇੱਕ ਖੁੱਲਾ ਖਾਤਾ ਆਇਆ ਹੈ ਜੋ ਲਿਖਿਆ ਹੈ ਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਲਿਖਿਆ ਹੈ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜੀ ਇਹ ਲਿਖਤ ਅਸੀਂ ਆਪਣੇ ਦਰਸ਼ਕਾਂ ਨਾਲ ਮੂਲ ਰੂਪ ਵਿੱਚ ਸਾਂਝੀ ਕਰਨ ਜਾ ਰਹੇ ਹਾਂ ਜੀ ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜਥੇਦਾਰ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹੇਤ ਲਿਆਉਣਾ ਚਾਹਦੇ ਹਾਂ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਹਰ ਤਰ੍ਹਾਂ ਦੀ ਮੂਰਤੀ ਪੂਜਾ ਜਾਂ ਅਗਿਆਨਤਾ ਦੇ ਕਾਰਨ ਕਿਸੇ ਵਸਤੂ ਜਾਂ ਸਥਾਨ ਦੀ ਪੂਜਾ ਕਰਮ ਕਾਂਡ ਜਾਂ ਪਖੰਡ ਵਾਤੂ ਸਖਤ ਮਨਾਈ ਕਰਦੇ ਹੋਏ ਕੇਵਲ ਅਤੇ ਕੇਵਲ ਗੁਰੂ ਸਾਹਿਬ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹੋਏ ਕੁਰਬਾਨੀ ਦੇ ਅਨੁਸਾਰ ਆਪਣਾ ਜੀਵਨ ਬਸਰ ਕਰਨ ਦਾ ਹੁਕਮ ਕੀਤਾ ਹੈ ਲekin 보 ਦੁਖ ਅਤੇ ਅਫਸੋਸ ਨਾਲ ਆਪ ਜੀ ਨੂੰ ਇਹ ਪੱਤਰ ਲਿਖ ਰਹੇ ਹਾਂ ਕਿ ਸੈਂਟਰ ਦੀ ਮੋਦੀ ਹਕੂਮਤ ਦੇ ਗੋਰਖਪੁਰ ਤੋਂ ਬੀਜੇਪੀ ਦੇ ਜਿੱਤੇ ਐਮਪੀ ਸ਼੍ਰੀ ਅਦਿੱਤਿਆਨਾਥ ਯੋਗੀ ਨੇ ਬੀਤੇ ਦਿਨੀ ਸਮੁੱਚੇ ਹਿੰਦ ਵਿੱਚ ਵਸਣ ਵਾਲੇ ਨਾਗਰਿਕਾਂ ਵੱਖ-ਵੱਖ ਗੋਮਾ ਧਰਮਾਂ ਅਤੇ ਫਿਰਕਿਆਂ ਦੇ ਨਿਵਾਸੀਆਂ ਨੂੰ ਸਬੋਧਤ ਕਰਦੇ ਹੋਏ ਕਿਹਾ ਹੈ ਕਿ ਜੋ ਵਿਅਕਤੀ ਸੂਰਜ ਪੂਜਾ ਜਾਂ ਦਰਸ਼ਨ ਨਹੀਂ ਕਰਦਾ ਅਤੇ ਜੋ ਯੋਗਾ ਨਹੀਂ ਕਰਦਾ ਉਸ ਨੂੰ ਜਾਂ ਤਾਂ ਹਿੰਦੁਸਤਾਨ ਛੱਡ ਦੇਣਾ ਚਾਹੀਦਾ ਹੈ ਜਾਂ ਫਿਰ ਆਪਣੇ ਆਪ ਨੂੰ ਸਮੁੰਦਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਕੈਨ ਤੂ ਪਾਵ ਹੈ ਕਿ ਜੋ ਹਿੰਦ ਵਿੱਚ ਵਸਣ ਵਾਲਾ ਇਨਸਾਨ ਸੂਰਜ ਦਰਸ਼ਨ ਨਹੀਂ ਕਰਦਾ ਉਸ ਨੂੰ ਇੱਥੇ ਦੁਨੀਆਂ ਵਿੱਚ ਰਹਿਣ ਜਾਂ ਵਿਚਰਨ ਦਾ ਕੋਈ ਹੱਕ ਨਹੀਂ ਉਸ ਲਈ ਮੋਤ ਹੀ ਚੰਗੀ ਹੈ ਅਦਿੱਤਿਆਨਾਥ ਦੇ ਬਿਆਨ ਦੀ ਕਾਪੀ ਨੱਥੀ ਕੀਤੀ ਜਾਂਦੀ ਹੈ ਅਜੀਰਾ ਮਨੁਕਤਾ ਵਿਰੋਧੀ ਨਾਦਰਸ਼ਾਈ ਹੁਕਮਾਂ ਵਾਲੀ ਕੀਤੀ ਗਈ ਬਿਆਨਬਾਜ਼ੀ ਨਾਲ ਕੇਵਲ ਸਿੱਖ ਕੌਮ ਨਾਲ ਸੰਬੰਧਤ ਲੱਖਾਂ ਹੀ ਆਤਮਾਵਾਂ ਨੂੰ ਠੇਸ ਨਹੀਂ ਪਹੁੰਚੀ ਹੋਵੇਗੀ ਬਲਕਿ ਮੁਸਲਮ, ਇਸਾਈ ਅਤੇ ਹੋਰ ਇੱਥੇ ਵਸਣ ਵਾਲੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਹੁਕਮਾਂ ਨਾਲ ਸੰਬੰਧਤ ਨਿਵਾਸੀਆਂ ਨੂੰ ਵੀ ਡੂੰਗੀ ਠੇਸ ਪਹੁੰਚਣਾ ਕੁਦਰਤੀ ਕੁਦਰਤੀ ਹੈ ਇਸ ਤੋਂ ਇਹ ਵੀ ਸੰਦੇਸ਼ ਜਾਂਦਾ ਹੈ ਕਿ ਇੱਥੇ ਹਿੰਦੂਤਵ ਹੁਕਮਰਾਨਾਂ ਦੇ ਕਟੜਵਾਦੀ ਹੁਕਮ ਹੀ ਲਾਗੂ ਹੋਣਗੇ ਇਹ ਵੀ ਯੋਗੀ ਵੱਲੋਂ ਕਿਹਾ ਗਿਆ ਹੈ ਕਿ ਸੂਰਜ ਦਰਸ਼ਨ ਵਾਲੀ ਪੂਜਾ ਵਾਲਾ ਸਬਜੈਕਟ ਅਤੇ ਯੋਗਾ ਸਮੁੱਚੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸ਼ਕਤੀ ਨਾਲ ਲਾਗੂ ਕੀਤਾ ਜਾਵੇ ਇਹ ਬਿਆਨਬਾਜ਼ੀ ਹਿੰਦ ਦੇ ਮਜੂਦਾ ਵਜ਼ੀਰੇ ਆਜ਼ਮ ਸ਼੍ਰੀ ਨਰਿੰਦਰ ਮੋਦੀ ਵਾਰਾਨਸੀ ਲੋਕ ਸਭਾ ਹਲਕੇ ਦੀ ਸੀਟ ਤੋਂ ਜਿੱਤੇ ਹਨ ਉੱਥੋਂ ਦੇ ਵੱਡੇ ਹਿੰਦੂ ਮੰਦਰ ਮਾਤਾ ਅੰਨਾਪੂਰਨਾ ਵਿਖੇ ਹਿੰਦੂਆਂ ਦੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ ਹਨ ਇਸ ੜਕਾਉ ਅਤੇ ਹੋਰਨਾਂ ਵਰਗਾਂ ਦੇ ਮਨਾਂ ਨੂੰ ਠੇਸ ਪਹੁੰਚਾਣ ਵਾਲੀ ਕਾਰਵਾਈ ਦਾ ਨਾਂ ਤਾਂ ਸ਼੍ਰੀ ਮੋਦੀ ਵੱਲੋਂ ਅਤੇ ਨਾ ਕਿਸੇ ਹੋਰ ਬੀਜੇਪੀ ਦੇ ਜਾਂ ਆਰਐਸਐਸ ਦੇ ਜਾਂ ਹਿੰਦੂ ਸੰਗਠਨਾਂ ਦੇ ਅਹੁਦੇਦਾਰਾਂ ਜਾਂ ਬੀਜੇਪੀ ਦੇ ਐਮਪੀਜ਼ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਜਿਸ ਦਾ ਮਤਲਬ ਹੈ ਕਿ ਇਸ ਕੱਟੜ ਪੁਣੇ ਦੀ ਸੋਚ ਨੂੰ ਸਮੁੱਚੀ ਮੋਦੀ ਹਕੂਮਤ ਅਤੇ ਭਾਜਪਾ ਦੀ ਸਰਪ੍ਰਸਤੀ حاصل ਹੈ ਇਹ ਹੋਰ ਵੀ ਡੂੰਗੇ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਨਾ ਤਾਂ ਸਿੱਖ ਕੌਮ ਦੇ ਮੁਖ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜ਼ਿੰਮੇਵਾਰੀ ਨਿਭਾਰੇ ਆਪ ਜੀ ਵੱਲੋਂ ਨਾ ਹੀ ਸਰਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਨਾ ਹੀ ਪੰਜਾਬ ਦੇ ਵਿਦਿਆ ਵਜ਼ੀਰ ਸਰਦਾਰ ਦਲਜੀਤ ਸਿੰਘ ਟੀਮਾ ਵੱਲੋਂ ਉਪਰੋਕਤ ਕਟੜਵਾਦੀ ਫਿਰਕੂ ਐਮਪੀ ਵੱਲੋਂ ਕੀਤੀ ਗਈ ਤਾਨਾਸ਼ਾਹ ਵਾਲੀ ਬਿਆਨਬਾਜ਼ੀ ਦਾ ਨੋਟਿਸ ਲੈਂਦੇ ਹੋਏ ਕੋਈ ਦਲੀਲ ਸਹਿਤ ਨਾ ਤਾਂ ਜਵਾਬ ਦਿੱਤਾ ਗਿਆ ਹੈ ਅਤੇ ਨਾ ਹੀ ਵਿਰੋਧ ਕੀਤਾ ਗਿਆ ਹੈ ਜਿਸ ਤੋਂ ਸਿੱਖ ਕੌਮ ਵਿੱਚ ਇਹ ਬਹੁਤ ਬੁਰਾ ਪ੍ਰਭਾਵ ਜਾ ਰਿਹਾ ਹੈ ਕਿ ਸਿੱਖੋ ਚੋਦਿਆਂ ਅਤੇ ਪੰਜਾਬ ਦੀ ਸਰਕਾਰ ਵਿੱਚ ਬੈਠੇ ਮੁੱਖ ਮੰਤਰੀ ਅਤੇ ਵਜ਼ੀਰਾਂ ਦੀ ਵੀ ਭਾਜਪੀ ਵਰਗੀ, ਮੁਤਸਵੀ ਜਮਾਤ ਅਤੇ ਮੋਦੀ ਹਕੂਮਤ ਦੀਆਂ ਘਾਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸੇਕ ਕੌਮ ਵਿਰੋਧੀ ਨੀਤੀਆਂ ਅਤੇ ਅਮਲਾਂ ਵਿੱਚ ਸਾਂਝੀ ਹੈ। ਦੂਸਰੇ ਪਾਸੇ ਆਪ ਜੀ ਵੀ ਅਤੇ ਉਪਰੋਕਤ ਸੇਕ ਕੌਮ ਦੇ ਉੱਚ ਵਰਦਿਆਂ ਉੱਤੇ ਬੈਠੇ ਆਗੂਆਂ ਨੂੰ ਇਸ ਗੱਲ ਦੀ ਤੇ ਉਸ ਸਾਖੀ ਦੀ ਭਰਪੂਰ ਜਾਣਕਾਰੀ ਹੈ ਕਿ ਜਦੋਂ ਹਰਦੁਆਰ ਵਿਖੇ ਕਰਮ ਕਾਂਡਾਂ ਵਿੱਚ ਫਸੇ ਬ੍ਰਾਹਮਣ ਆਪੋ ਆਪਣੇ ਵਰਤਨਾ ਰਾਹੀਂ ਸੂਰਜ ਨੂੰ ਪੂਜਦੇ ਹੋਏ ਪਾਣੀ ਦੇ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਭੁੱਲੇ ਭਟਕੇ ਬ੍ਰਾਹਮਣਾ ਅਤੇ ਕਰਮਕਾਂਡੀਆਂ ਨੂੰ ਸਿੱਧੇ ਰਾਹ ਪਾਉਣ ਖਿੱਤ ਇੱਕ ਬਰਤਨ ਵਿੱਚ ਪਾਣੀ ਲੈ ਕੇ ਸੂਰਜ ਦੀ ਉਲਟ ਦਿਸ਼ਾ ਵੱਲ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਤਾਂ ਕਰਮਕਾਂਡੀ ਬ੍ਰਾਹਮਣਾ ਨੇ ਗੁਰੂ ਸਾਹਿਬ ਨੂੰ ਸਵਾਲ ਕੀਤਾ ਕਿ ਇਹ ਤੁਸੀਂ ਕੀ ਕਰ ਰਹੇ ਹੋ ਤਾਂ ਉਹਨਾਂ ਜਵਾਬ ਦਿੱਤਾ ਸੀ ਕਿ ਮੈਂ ਆਪਣੇ ਪੰਜਾਬ ਵਿੱਚਲੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਤਾਂ ਬ੍ਰਾਹਮਣਾ ਨੇ ਫਿਰ ਕਿਹਾ ਕਿ ਇਹ ਪਾਣੀ ਤੁਹਾਡੇ ਖੇਤਾਂ ਵਿੱਚ ਐਨੀ ਦੂਰ ਕਿਵੇਂ ਪਹੁੰਚ ਸਕਦਾ ਹੈ ਤਾਂ ਗੁਰੂ ਸਾਹਿਬ ਦਾ ਜਵਾਬ ਸੀ ਕਿ ਜੇਕਰ ਲੱਖਾਂ ਮੀਲ ਦੂਰ ਆਪ ਜੀ ਦਾ ਦਿੱਤਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਮੇਰੇ ਖੇਤਾਂ ਹਜ਼ਾਰ ਮੀਲ ਦੂਰ ਕਿਵੇਂ ਨਹੀਂ ਪਹੁੰਚ ਸਕਦਾ ਇਹ ਤਾਂ ਕੇਵਲ ਕਰਮ ਕਾਂਡੀਆਂ ਨੂੰ ਸਿੱਧੇ ਰਾਹ ਪਾਉਣ ਦਾ ਇੱਕ ਢੰਗ ਸੀ ਜਦੋਂ ਗੁਰੂ ਸਾਹਿਬਾਨ ਨੇ ਸੂਰਜ ਪੂਜਾ ਦਾ ਖੰਡਨ ਕਰ ਦਿੱਤਾ ਅਤੇ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿੱਚ ਕਿਸ਼ਨ ਬਿਸ਼ਨ ਮੈਂ ਕਬੂ ਨਾ ਧਿਆਉ ਜੋਵਰ ਚਾਉ ਤੁਮਸੇ ਪਾਉ ਆਪਨੇ ਮੁਖਾਰ ਬਿੰਦੂ ਉਚਾਰ ਕੇ ਉਸ ਅਕਾਲ ਪੁਰਖ ਤੋਂ ਬਿਨਾਂ ਸਭ ਦੇਵੀ ਦੇਵਤਿਆਂ ਆਦ ਨੂੰ ਉਸ ਅਕਾਲ ਪੁਰਖ ਦੀ ਰਚਨਾ ਗਰਦਾਨਦੇ ਹੋਏ ਅਜਿਹੇ ਕਰਮ ਕਾਂਡਾਂ ਤੋਂ ਸਿੱਖ ਕੌਮ ਨੂੰ ਦੂਰ ਰਹਿਣ ਦਾ ਆਦੇਸ਼ ਦਿੱਤਾ ਹੈ ਤਾਂ ਆਪ ਜੀ ਸਭ ਜ਼ਿੰਮੇਵਾਰ ਸਿੱਖਾਂ ਵੱਲੋਂ ਅਜਿਹੇ ਸਮਿਆਂ ਤੇ ਚੁੱਪ ਧਾਰ ਲੈਣਾ ਜਾਂ ਦਲੀਲ ਨਾਲ ਜਵਾਬ ਨਾ ਦੇਣ ਦੇ ਅਸਲ ਸਮੁੱਚੀ ਸਿੱਖ ਕੌਮ ਦੇ ਮਨਾਂ ਨੂੰ ਜਿੱਥੇ ਠੇਸ ਪਹੁੰਚਾ ਰਹੇ ਹਨ ਉਥੇ ਸਿੱਖ ਵਿਰੋਧੀ ਤਾਕਤਾਂ ਨੂੰ ਉਤਸ਼ਾਹ ਕਰਨ ਵਾਲੇ ਵੀ ਹਨ ਜਿਸ ਤੋਂ ਸਿੱਖ ਕੌਮ ਦੇ ਮਨਾਂ ਵਿੱਚ ਆਪ ਜੈਸੇ ਸਿੱਖ ਅਹੁਦਿਆਂ ਉੱਤੇ ਬੈਠੀਆਂ ਸਖਸ਼ੀਤਾ ਪ੍ਰਤੀ ਨਫ਼ਰਤ ਵਿੱਚ ਵਾਧਾ ਕਰਨ ਵਾਲੇ ਵੀ ਬਣ ਰਹੇ ਹਨ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਇਹ ਸਿੱਖ ਵਿਰੋਧੀ ਤਾਕਤਾਂ ਹੋਰ ਮੰਦ ਭਾਵਨਾ ਅਧੀਨ ਕਾਰਵਾਈਆਂ ਕਰਨਗੀਆਂ ਜਿਸ ਨਾਲ ਹੋਣ ਵਾਲੇ ਕੌਮੀ ਨੁਕਸਾਨ ਦੀ ਜ਼ਿੰਮੇਵਾਰੀ ਤੋਂ ਆਪ ਜੀ ਸਭ ਬਚ ਨਹੀਂ ਸਕੋਗੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੂਚੀ ਜਥੇਬੰਦੀ ਅਤੇ ਸਿੱਖ ਔਮ ਵੱਲੋਂ ਆਪ ਜੀ ਨੂੰ ਸਰਦਾਰ ਅਵਤਾਰ ਸਿੰਘ ਮੱਕੜ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਦਲਜੀਤ ਸਿੰਘ ਚੀਮਾ ਨੂੰ ਸਮੂਹਕ ਤੌਰ ਤੇ ਅਤੇ ਅਤ ਗੰਭੀਰਤਾ ਪਰ ਹੀ ਅਪੀਲ ਕੀਤੀ ਜਾਂਦੀ ਹੈ ਕਿ ਆਪੋ ਆਪਣੇ ਅਹੁਦਿਆਂ ਦਾ ਆਨੰਦ ਮਾਣਨ ਵਿੱਚ ਇੰਨਾ ਨਾ ਖੋਵੋ ਕਿ ਕੌਮੀ ਜ਼ਿੰਮੇਵਾਰੀਆਂ ਨੂੰ ਪੂਰਨ ਕਰਨ ਵਿੱਚ ਆਪ ਜੀ ਸਭ ਪਿੱਠ ਕਰਕੇ ਬੈਠ ਜਾਓ। ਅਤੇ ਇਸ ਦੇ ਹੋਣ ਵਾਲੇ ਵੱਡੇ ਨੁਕਸਾਨ ਲਈ ਸਮੁੱਚੀ ਸਿੱਖ ਕੌਮ ਆਪ ਜੀ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਨਾਲ-ਨਾਲ ਆਪ ਜੀ ਦੇ ਖਾਨਦਾਨ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਕੌਮ ਨੂੰ ਜਵਾਬ ਦੇਣ ਅਤੇ ਆਪਣੇ ਆਪ ਨੂੰ ਦੋਸ਼ੀ ਕਹਣ ਲਈ ਮਜਬੂਰ ਹੋਣਾ ਪਵੇ। ਸੋ ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਭ ਆਪੋ ਆਪਣੀਆਂ ਕੌਮੀ, ਧਾਰਮਿਕ, ਹਕੂਮਤੀ ਅਤੇ ਵਿਦਿਆ ਸਬੰਧੀ ਪ੍ਰਾਪਤ ਹੋਈਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਜਿੱਥੇ ਪੂਰਨ ਕਰਦੇ ਰਹੋਗੇ, ਉੱਥੇ ਜਦੋਂ ਵੀ ਸਿੱਖ ਕੌਮ ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਕੌਮੀ ਨਾਇਕਾਂ ਜਾਂ ਗੁਰੂ ਮਰਿਆਦਾਵਾਂ ਅਤੇ ਪਰੰਪਰਾਵਾਂ ਉਤੇ ਮੁੱਤਸਵੀ ਹਕਮਰਾਨਾਂ ਜਾਂ ਜਮਾਤਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕਰਨ ਤਾਂ ਆਪ ਜੀ ਫੋਰੀ ਉਸ ਵਿਰੋਧ ਸਟੈਂਡ ਲੈਂਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਪੂਰਨ ਕਰਦੇ ਰਹੋਗੇ ਅਤੇ ਮੁੱਤਸਵੀ ਜਮਾਤਾਂ ਨਾਲ ਕਿਸੇ ਤਰ੍ਹਾਂ ਦੀ ਵੀ ਸਾਜ਼ਿਸ਼ੀ ਜਾਂ ਸਵਾਰਤੀ ਸਾਂਝ ਨਹੀਂ ਰੱਖੋਗੇ ਅਸੀਂ ਆਪ ਜੀ ਦੇ ਤੈਅ ਦੇ ਨੂੰ ਧੰਨਵਾਦੀ ਹੋਵਾਂਗੇ ਪੂਰਨ ਸਤਿਕਾਰ ਅਤੇ ਉਮੀਦ ਸਹਿਤ ਗੁਰੂਕਾਰ ਅਤੇ ਪੰਥ ਦਾ ਦਾਸ ਸਿਮਰਨਜੀਤ ਸਿੰਘ ਮਾਨ ਜੀ ਰਸਾਂ ਅ ਇੱਕ ਸ਼ਬਦ ਦੋ ਤਿੰਨ ਵਾਰ ਆਇਆ ਉਹ ਮੁਤਸਬ ਹੈ ਮੁਤਸਬ ਉਰਦੂ ਦਾ ਸ਼ਬਦ ਹੈ ਤੇ ਮੁਤਸਬੀ ਹੁੰਦਾ ਜਿਹੜਾ ਫਿਰਕੂ ਹੋਏ ਫਾਇਨੇਟਿਕ ਹੋਏ ਜੀ ਅ ਅਸੀਂ ਸਰਸਮਜੀਤ ਸਿੰਘ ਮਾਨ ਵੱਲੋਂ ਦਿਖਾਏ ਇਸ ਕਰੇਜ ਔਰ ਬਿਲਕੁਲ ਠੀਕ ਗੁਰਮਤ ਸਿੱਖ ਗੁਰਮਤ ਗੁਰਬਾਣੀ ਇਤਿਹਾਸ ਦੀ ਰੋਸ਼ਨੀ ਜਿਹੜਾ ਉਹਨਾਂ ਨੇ ਇਹਨਾਂ ਨੂੰ ਇਹ ਜਿਹੜਾ ਖੁੱਲਾ ਖਤ ਲਿਖਿਆ ਉਸ ਦੀ ਪੂਰੀ ਹਮਾਇਤ ਕਰਦੇ ਜੀ ਔਰ ਹੈਰਾਨੀ ਇਸ ਗੱਲ ਦੀ ਹੈ ਵੀ ਇੱਕ ਪਾਸੇ ਮੁਸਲਮਾਨ ਜਥੇਬੰਦੀਆਂ ਤਾਂ ਭਾਵੇਂ ਉਹਨਾਂ 'ਚ ਵੀ ਉਹਨਾਂ ਨੇ ਪਾੜ ਪਾ ਲਿਆ ਆਰਐਸਐਸ ਨੇ ਕੁਝ ਉਹਨਾਂ ਦੇ ਹੱਕ 'ਚ ਨਹੀਂ ਲੇਕਿਨ ਉਹਨਾਂ ਦਾ ਵੱਡਾ ਹਿੱਸਾ ਉਹ ਕਹਿੰਦੇ ਨੇ ਅਸੀਂ ਯੋਗਾ ਨਹੀਂ ਕਰਾਂਗੇ ਔਰ ਹੁਣ ਜਿਹੜਾ ਫਾਈਨਲ ਸਟੇਟਮੈਂਟ ਸੁਸ਼ਮਾ ਸਵਰਾਜ ਦੀ ਆਈ ਹੈ ਉਨੇ ਕਿ ਅੱਜ ਜਦੋਂ ਯੋਗਾ ਦੇ ਵੇੜੇ ਅਸੀਂ ਜਿਹੜਾ ਉਹ ਸੂਰਜ ਨਮਸਕਾਰ ਬਾਹਰ ਕੱਢ ਦਿੱਤਾ ਉਹਨਾਂ ਨੇ ਨਾਲ ਹੀ ਉਹਨਾਂ ਨੇ ਕਿਹਾ ਜੀ ਜਿਹੜੇ ਬਾਕੀ ਮੰਤਰ ਪੜ੍ਹਨੇ ਨੇ ਉਹਦੇ ਵਿੱਚ ਮੁਸਲਮਾਨ ਅੱਲਾਹ ਕਹਿ ਸਕਦੇ ਨੇ ਅੱਲਾਹ ਅੱਲਾਹ ਕਹਿੰਸੋ ਘੱਟੋ ਘੱਟ ਅੱਲਾਹ ਮਤਲਬ ਉਹਦਾ ਕੋਈ ਨਹੀਂ ਹੈ ਇਨ ਦਾ ਐਂਡ ਇਹੀ ਹੈ ਵੀ ਇਹ ਜ਼ਬਰਦਸਤੀ ਜਿਹੜਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਔਰ ਇਹਦਾ ਦਿੱਤਿਆਨਾਥ ਜਿਹੜਾ ਗੋਰਖਪੁਰ ਤੋਂ ਐਮਪੀ ਹੈ ਅਨਪੂਰਨੀ ਜਿਹੜੀ ਮਾਈ ਹੈ ਬਨਾਰਸ ਚ ਜਿਹਦਾ ਮੰਦਰ ਹੈ ਉੱਥੇ ਇਹ ਗੱਲ ਕਹਿਣੀ ਔਰ ਇਹ ਕਹਿਣਾ ਕਿ ਵੀ ਇਹ ਜਿਹੜੇ ਨਹੀਂ ਮੰਨਦੇ ਸੂਰਜ ਪੂਜਾ ਨਹੀਂ ਕਰਨਾ ਚਾਹੁੰਦੇ ਯੋਗਾ ਨਹੀਂ ਕਰਨ ਜਾਂਦੇ ਜੰਪਿੰਗ ਦਾਸੀ ਸਮੁੰਦਰ ਛਾਲ ਮਾਰੋ ਮਰ ਜਾਓ ਉਹ ਨਹੀਂ ਤਾਂ ਤੁਹਾਨੂੰ ਇੱਥੇ ਰਹਿਣ ਦਾ ਹੱਕ ਨਹੀਂ ਹੈ ਜੀ ਪਰ ਹੈਰਾਨੀ ਹੈ ਕਿ ਅਸੀਂ ਪੰਜਵਾਂ ਵੱਡਾ ਧਰਮ ਹੈ ਦੁਨੀਆ ਦਾ ਸਾਡੀ ਇੱਕ ਸਟੇਟ ਦੇ ਵਿੱਚ ਆਕਾਦੀ ਦਲ ਦੀ ਸਰਕਾਰ ਹੈ ਜਿਹੜੇ ਸਿੱਖ ਧਰਮ ਨੂੰ ਮੰਨਵਾੜੇ ਨੇ ਕਿ ਇਸ ਸਾਰੇ ਦੌਰ ਚ ਇਹਨਾਂ ਨੂੰ ਕਿਹੜਾ ਦੌਰਾ ਪਿਆ ਹੋਇਆ ਹੈ ਵੀ ਇਹਨਾਂ ਦੀ ਜ਼ੁਬਾਨ ਬੰਦ ਹੋ ਗਈ ਹੈ ਆਧਰੰਗ ਹੋ ਗਿਆ ਹੈ ਇਹਨਾਂ ਨੂੰ ਕੀ ਹੈ ਨਾ ਇਹਨਾਂ ਦਾ ਹਾਲ ਜੀ ਔਰ ਜੱਥੇਦਾਰ ਜਿਹੜੇ ਲਫਾਫੇ ਲੈਣ ਲਈ ਅਠ ਅੜ ਘਰਾਂ ਚ ਫਿਰ ਆਉਂਦੇ ਨੇ ਉਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ ਕਿ ਵੀ ਉਹ ਆਪਣੀ ਸਿਧਾਂਤਕ ਪੋਜੀਸ਼ਨ ਦੇ ਜੀ ਜੀ ਕਿ ਭਾਈ ਇਹ ਸਿੱਖੀ ਜਿਹੜੀ ਹੈ ਇਹ ਵੀ ਨਾ ਯੋਗਾ ਨੂੰ ਮੰਨਦੀ ਹੈ ਨਾ ਇਹ ਸੂਰਜ ਨਮਸਕਾਰ ਨੂੰ ਮੰਨਦੀ ਨਾ ਇਸ ਕਿਸੇ ਨੂੰ ਮੰਨਦੀ ਹੈ ਔਰ ਸ਼੍ਰੋਮਣੀ ਕਮੇਟੀ ਦੇ ਔਰ ਪੰਜਾਬ ਸਰਕਾਰ ਦਲਜੀਤ ਛੀਮਾ ਦਾ ਵੀ ਜਿਵੇਂ ਮਾਨ ਸਾਹਿਬ ਨੇ ਜ਼ਿਕਰ ਕੀਤਾ ਐਜੂਕੇਸ਼ਨ ਮਨਿਸਟਰ ਹੈ ਔਰ ਜਿਵੇਂ ਲਾਗੂ ਕੀਤਾ ਜਾ ਰਿਹਾ ਔਰ ਮੈਨੂੰ ਜਲੰਧਰ ਤੋਂ ਇੱਕ ਗੁਰਦੁਆਰੇ ਦੇ ਪ੍ਰਧਾਨ ਪਿਛਲੇ ਦਿਨਾਂ ਜਿੱਥੇ ਆਏ ਸੀ ਉਹ ਮੈਨੂੰ ਦੱਸ ਰਹੇ ਸੀ ਕਹਿੰਦੇ ਜੀ ਇਹ ਜਦੋਂ ਵੰਦੇ ਮਾਤਰਮ ਇਹਨਾਂ ਨੇ ਵੰਦੇ ਮਾਤਰਮ ਵੀ ਹੈ ਕਿ हे ਮਾ ਮੈਂ ਤੇਰੀ ਬੰਦਨਾ ਕਰਦਾ ਹੈ ਤਬੀ ਮੱਕੜ ਦਾ ਬਿਆਨ ਆ ਗਿਆ ਸੀ ਇੱਕ ਦਿਨ ਕਿ ਜੀ ਇਹ ਜਿਹੜੇ ਸਾਡੇ ਕੰਟਰੋਲ ਵਾਲੇ ਗੁਰਦੁਆਰੇ ਨੇ ਉਹਨਾਂ 'ਚ ਨਹੀਂ ਪੜਿਆ ਜਾਏ ਤੇ ਅਗਲੇ ਦਿਨ ਬਾਦਲ ਨੇ ਸੱਦ ਕੇ ਘੁਰਕੀ ਮਾਰੀ ਔਰ ਕਹਿੰਦੇ ਅੱਜ ਵੀ ਜਾ ਕੇ ਦੇਖ ਲਓ ਇਹਨਾਂ ਦੇ ਸਕੂਲਾਂ 'ਚ ਵੀ ਬੰਦੇ ਬਾਤਰਾ ਪੜਦੇ ਨੇ ਜੀ ਸੋ ਅਸੀਂ ਸਮਝਦੇ ਹਾਂ ਵੀ ਇੰਨੀ ਮੇਜਰ ਡਿਬੇਟ ਚੱਲ ਰਹੀ ਹੈ ਔਰ ਇਹ ਮੈਨੂੰ ਕੱਲ ਚੰਡੀਗੜ੍ਹ ਮੇਰੀ ਕਿਸੇ ਨਾਲ ਗੱਲ ਹੋ ਰਹੀ ਕਹਿੰਦੇ ਜੀ ਸਿੱਖ ਤਾਂ ਕਹਿੰਦੇ ਇੱਥੇ ਬੈਠੇ ਤੁਸੀਂ ਗੱਲਾਂ ਕਰਦੇ ਹੋ ਇੱਥੇ ਤਾਂ ਸਿੱਖ ਐਗਜ਼ਿਸਟ ਹੀ ਨਹੀਂ ਕਰਦੇ ਉਹਨਾਂ ਕਹਿੰਦੇ ਜੀ ਐਗਜ਼ਿਸਟ ਹੁੰਦਾ ਤੇ ਆ ਹੁਣ ਯੋਗਾ ਨੂੰ ਲੈ ਕੇ ਸੂਰਜ ਨਮਸਕਾਰ ਨੂੰ ਲੈ ਕੇ ਦੂਜੇ ਇਸ਼ੂ ਚੱਲ ਰਹੇ ਨੇ ਸਿੱਖਾਂ ਦੀ ਪੋਜੀਸ਼ਨ ਕਿੱਥੇ ਹੈ ਜੀ ਜੀ ਸੋ ਅਸੀਂ ਸਮਝਦੇ ਆ ਕਿ ਮਾਨ ਸਾਹਿਬ ਨੇ ਬਿਲਕੁਲ ਮੈਂ ਇੰਤਜ਼ਾਰ ਸੀ ਕਿ ਵੀ ਉੱਥੇ ਸਾਡੀਆਂ ਜਥੇਬੰਦੀਆਂ ਨੇ ਇਸ ਦੇ ਉੱਤੇ ਅਜੇ ਤੱਕ ਕੋਈ ਲਾਈਨ ਨਹੀਂ ਲਈ ਸੋ ਮਾਨ ਸਾਹਿਬ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਵੀ ਔਰ ਹਰਦਵਾਰ ਚ ਗੁਰੂ ਨਾਨਕ ਸਾਹਿਬ ਦਾ ਜਨਮ ਪਣਤਾ ਨੂੰ ਚੈਲੰਜ ਕਰਨਾ ਉਹ ਵੀ ਸੂਰਜ ਨਮਸਕਾਰ ਹੀ ਸੀ ਪਿਤਰਾ ਨੂੰ ਪਹੁੰਚਾਉਂਦੇ ਸੀ ਪਾਣੀ ਤੇ ਗੁਰੂ ਸਾਹਿਬ ਨੇ ਕਿਹਾ ਜੀ ਮੈਂ ਉਹਨਾਂ ਨੇ ਪੱਛਮ ਵੱਲੋਂ ਦੇਣਾ ਸ਼ੁਰੂ ਕਿਹਾ ਜੀ ਮੇਰੇ ਖੇਤਾਂ ਨੂੰ ਮੈਂ ਪਾਣੀ ਲਾ ਰਿਹਾ ਸੋ ਜ਼ਾ ਰ ਹੈ ਕਿ ਇਸ ਸਾਰੇ ਪਖੰਡਵਾਦ ਨੂੰ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਹੈੱਡ ਕੁਆਰਟਰ ਹਰਦੁਆਰ ਚ ਗੰਗਾ ਦੇ ਕੰਢੇ ਖੜੇ ਹੋ ਕੇ ਐਵੇਂ ਨਹੀਂ ਬਹਾਮਣਾ ਨੇ ਉਹ ਗੁਰਦੁਆਰਾ ਗਿਆਨ ਗੋਦੜੀ ਜਿਹੜਾ ਉਸ ਦੇ ਉੱਤੇ ਕਬਜ਼ਾ ਕੀਤਾ ਕਿਉਂਕਿ ਜਦੋਂ ਤੱਕ ਗਿਆਨ ਗੋਦੜੀ ਸੀ ਇਹ ਚੈਲੰਜ ਸੀ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਇਆ ਉਹਨਾਂ ਨੇ ਪੂਰਬ ਨੂੰ ਸੂਰਜ ਨੂੰ ਪਾਣੀ ਨਹੀਂ ਦਿੱਤਾ ਪੱਛਮ ਨੂੰ ਦਿੱਤਾ ਔਰ ਅਸੀਂ ਇਹ ਸਮਝਦੇ ਹਾਂ ਵੀ ਇਸ ਮੁੱਦੇ ਦੇ ਉੱਤੇ ਡਟਵਾ ਸਟੈਂਡ ਲੈਣਾ ਚਾਹੀਦਾ ਔਰ ਮਾਨ ਸਾਹਿਬ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਇਹਦੇ باوجود ਕਿ ਉਹ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਨੇ ਉਹਨਾਂ ਨੇ ਇਸ ਇੰਪੋਰਟੈਂਟ ਮੁੱਦੇ ਤੇ ਲਿਖਣ ਦੇ ਲਈ ਵਕਤ ਕੱਢਿਆ ਔਰ ਜਥੇਦਾਰ ਦੇ ਜਿਹੜਾ ਉਸ ਨੂੰ ਇਹ ਤੁਣਕਾ ਮਾਰਿਆ ਕਿ ਵੀ ਤੁਸੀਂ ਜਵਾਬ ਦੇ ਹੋਵੋਗੇ ਨਹੀਂ ਤਾਂ ਔਰ ਤੁਹਾਡੀਆਂ ਨਸਲਾਂ ਵੀ ਜਵਾਬ ਦੇ ਹੋਣਗੀਆਂ ਆਲਟੀਮੇਟਲੀ ਕਿ ਤੁਸੀਂ ਇਹਨਾਂ ਕ੍ਰੂਸ਼ਲ ਮੋਮੈਂਟਸ ਦੇ ਉੱਤੇ ਕਿਉਂ ਪੰਥ ਦੇ ਨਾਲ ਤਰੋਕ ਮਾਇ ਜੀ ਬਿਲਕੁਲ ਡਾਕਟਰ ਸਾਹਿਬ ਇਸ ਤਰ੍ਹਾਂ ਲੈਨੇ ਬ੍ਰੇਕ ਈਅਰਸ ਵਿਚਾਰਾਂ ਦਾ ਸਿਲਸਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਜਿਹੇ ਵਕਫੇ ਤੋਂ ਬਾਅਦ